ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਓਨਲੀ ਐਗਰੀਕਲਚਰ ਪੇਜ ਦੇ ਨਾਲ ਤੇ ਅੱਜ 10 ਨਵੰਬਰ 2023 ਨੂੰ ਅਬੋਰ ਵਿੱਚ ਕਿੰਨੂ ਮੰਡੀ ਦੇ ਕੀ ਰੇਟ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿੰਨੂ ਦੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਭਾਅ ਕੀ ਰਹੇ ਤੇ ਔਸਤ ਭਾਅ ਤੇ ਮੀਡੀਅਮ ਭਾਅ ਕੀ ਰਹੇ ਨੇ ਤੇ ਨਾਲ ਹੀ ਦੱਸਾਂਗੇ ਕਿ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿੰਨੂ ਤੇ ਮਾਲਟਾ ਮੰਡੀ ਦੇ ਵਿੱਚ ਪਹੁੰਚਿਆ ਸੋ ਜਿੰਨੀ ਦੇਰ ਦੇ ਵਿੱਚ ਦੋਸਤ ਜੁੜਦੇ ਨੇ ਸਾਡੇ ਨਾਲ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਤਾਂ ਕਿ ਜਿਹੜੀ ਇਹ ਜਾਣਕਾਰੀ ਹੈ ਹੋਰਨਾ ਬਾਗਬਾਨ ਕਿਸਾਨਾਂ ਤੱਕ ਪਹੁੰਚ ਸਕੇ ਸੋ ਚੱਲਦੇ ਹਾਂ ਕਿੰਨੂ ਮੰਡੀ ਦੇ ਭਾਵਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜਾ ਰੰਗीन ਕਿੰਨੂ ਵਿਕਿਆ ਅਬੋਰ ਦੀ ਮੰਡੀ ਦੇ ਵਿੱਚ ਸਭ ਤੋਂ ਜ਼ਿਆਦਾ ਉੱਚਾ ਭਾ ਰਿਹਾ ਵੱਧ ਤੋਂ ਵੱਧ ਤਾਂ ਉਹ 17 ਰੁਪਏ 25 ਪੈਸੇ ਪ੍ਰਤੀ ਕਿਲੋ ਰਿਆ ਤੇ ਜੇਕਰ ਔਸਤ ਭਾਅ ਦੀ ਗੱਲ ਕਰੀਏ ਕਿੰਨੂ ਦੇ ਰੰਗीन ਕਿੰਨੂ ਦੇ ਤਾਂ ਉਹ 13 ਤੋਂ 16 ਰੁਪਏ ਪ੍ਰਤੀ ਕਿਲੋ ਰਿਆ ਤੇ ਜੇਕਰ ਹਰੇ ਕਿੰਨੂ ਦੇ ਉੱਚੇ ਭਾਅ ਦੀ ਗੱਲ ਕਰੀਏ ਹਰਾ ਕਿੰਨੂ ਜਿਹੜਾ ਉੱਚੇ ਭਾਅ ਤੇ ਵਿਕਿਆ ਉਹ ਵੱਧ ਵੱਧ ਭਾਅ ਸੀ ਜਿਹੜਾ ਉਹ 12 ਰੁਪਏ ਪ੍ਰਤੀ ਕਿਲੋ ਸੀ ਤੇ ਜਿਹੜਾ ਔਸਤ ਭਾਅ ਸੀ ਉਹ 9 ਤੋਂ 10 ਰੁਪਏ ਪ੍ਰਤੀ ਕਿਲੋ ਰਿਆ ਤੇ ਜਿਹੜਾ ਕਿਨੂ ਦਾ మీడియం ਸਾਈਜ਼ ਸੀ ਉਹ 6 ਤੋਂ 7 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਇੱਥੇ ਜਿਹੜੀ ਆਮਦ ਹੋਈ ਆ ਆਵਕ ਹੋਈ ਆ ਕਿਨੂ ਦੀ ਉਹ 2500 ਕੁਆਂਟਲ ਆ ਜਿਹੜੀ ਹੋਈ ਆ 2500 ਕੁਆਂਟਲ ਜਿਹੜੀ ਆਵਕ ਹੈ ਉਹ ਇਸ ਮੰਡੀ ਦੇ ਵਿੱਚ ਹੋਈ ਆ ਤੇ ਗੱਲ ਕਰੀਏ ਮਾਲਟੇ ਦੀ ਤਾਂ ਮਾਲਟੇ ਦਾ ਜਿਹੜਾ ਟਾਪ ਰੇਟ ਰਿਹਾ ਸਭ ਤੋਂ ਉੱਚਾ ਭਾ ਰਿਹਾ ਉਹ 24 ਰੁਪਏ ਪ੍ਰਤੀ ਕਿਲੋ ਰਿਹਾ ਤੇ ਔਸਤ ਭਾਅ ਸੀ ਜਿਹੜਾ ਉਹ 20 ਤੋਂ 23 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਰਿਹਾ ਤੇ మీడియం ਸਾਈਜ਼ ਸੀ ਜਿਹੜਾ ਇਹਦਾ ਮਾਲਟੇ ਦਾ ਉਹ 12 ਤੋਂ 15 ਰੁਪਏ ਪ੍ਰਤੀ ਕਿਲੋ ਆ ਜਿਹੜਾ ਉਹ ਰਿਆ ਤੇ ਅੰਦਾਜ਼ਨ ਆਵਕ ਹੈ ਜਿਹੜੀ ਉਹ 200 ਕੁਆਂਟਲ ਹੋਈ ਆ ਮਾਲਟੇ ਦੀ ਤੇ ਦੇਜੀ ਦੀ ਗੱਲ ਕਰੀਏ ਤਾਂ ਉਹ ਵਿਕੀ ਆ ਜੀ 24 ਰੁਪਏ ਪ੍ਰਤੀ ਕਿਲੋ ਤੇ ਹੋਰ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਉਹ ਦੱਸਦੇ ਆ ਸੰਗਰੂਰ ਦੇ ਵਿੱਚ ਜੇਕਰ ਕਿੰਨੂ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਕਿੰਨੂ ਦਾ ਵੱਡਾ ਸਾਈਜ਼ ਆ ਜਿਹੜਾ ਉਹ ਵਿਕਿਆ ਜੀ 20 ਰੁਪਏ ਪ੍ਰਤੀ ਕਿਲੋ ਜਿਆਦਾ ਤੋਂ ਜਿਆਦਾ ਉੱਚਾ ਭਾਰਿਆ ਤੇ ਘੱਟ ਤੋਂ ਘੱਟ ਭਾ ਜਿਹੜਾ 12 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੀ ਜੇਕਰ ਗੱਲ ਕਰੀਏ ਤਾਂ ਕਿਨੂ ਦਾ ਜਿਹੜਾ ਮੀਡੀਅਮ ਸਾਈਜ਼ ਸੀ ਉਹਦਾ ਜਿਹੜਾ ਲੁਧਿਆਣਾ ਦੇ ਵਿੱਚ ਭਾਰਿਆ ਉਹ 12 ਰੁਪਏ ਪ੍ਰਤੀ ਕਿਲੋ ਰਿਹਾ ਤੇ ਘੱਟ ਤੋਂ ਘੱਟ ਭਾ ਜਿਹੜਾ 5 ਰੁਪਏ ਪ੍ਰਤੀ ਕਿਲੋ ਰਿਹਾ ਜਲੰਧਰ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਜਿਹੜਾ ਮੀਡੀਅਮ ਸਾਈਜ਼ ਆ ਕਿਨੂ ਦਾ ਉਹ 14 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਧੂਰੀ ਦੇ ਵਿੱਚ ਜੇਕਰ ਗੱਲ ਕਰੀਏ ਕਿੰਨੂ ਦੇ ਭਾਅ ਦੀ ਤਾਂ ਉੱਥੇ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 13 ਰੁਪਏ ਪ੍ਰਤੀ ਕਿਲੋ ਰਿਹਾ ਜੀ ਜੀਂਦ ਦੇ ਨਿਰਵਾਣਾ ਦੀ ਗੱਲ ਕਰੀਏ ਤਾਂ ਉੱਥੇ ਕਿੰਨੂ ਦਾ ਮੀਡੀਅਮ ਸਾਈਜ਼ ਸੀ ਜਿਹੜਾ ਉਹ ਘੱਟ ਤੋਂ ਘੱਟ ਭਾਅ ਜਿਹੜਾ 15 ਰੁਪਏ ਪ੍ਰਤੀ ਕਿਲੋ ਰਿਹਾ ਤਾਂ ਦੋਸਤੋ ਇਹ ਸੀ ਕਿੰਨੂ ਮੰਡੀ ਦੇ ਭਾਅ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਬਾਗਬਾਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ ਧੰਨਵਾਦ